बनाया बाबे आपा भी चल माड़ा मोटा ब्लॉग लंबा हो जू धोन। सत श्री अकाल बाबे सारियां नूं, अज आपा ब्लॉग शुरू करन लगे हां। बहुत जाणियां दी रिक्वेस्ट आई भी ब्लॉग शुरू करिए, ਉਈ ਫੁੱਦੂ ਬਣਾਉਣਾ ਬਾਬੇ। ਉਹ ਕਿਸੇ ਦੀ ਨਹੀਂ ਰਿਕੁਐਸਟ ਆਈ, ਆਪੇ ਮਨ ਕਰ ਗਿਆ, ਆਪੇ ਬਣਾਉਣ ਲੱਗੇ ਹਾਂ। ਐਵੇਂ ਇਹ ਫੁੱਦੂ ਗੱਲਾਂ ਹੁੰਦੀਆਂ ਨੇ, ਉਹਨੇ ਕਹਿਤਾ ਉਹਨੇ ਕਹਿਤਾ, ਕੋਈ ਨਹੀਂ ਕਹਿੰਦਾ ਹੁੰਦਾ, ਆਪੇ ਜੀ ਕਰਦਾ ਹੁੰਦਾ। ਅੱਜ ਟੌਪਿਕ ਤਾਂ ਕੋਈ ਆਪਣੇ ਕੋਲ ਹੁੰਦਾ ਨਹੀਂ, ਵੈਸੇ ਮੈਂ ਘਰ ਹੀ ਹੁੰਦਾ ਵੱਧ ਟਾਈਮ, ਥੋੜ੍ਹਾ ਬਹੁਤਾ ਆਪਾਂ ਕੋਸ਼ਿਸ਼ ਕਰਾਂਗੇ ਵੀ ਟੌਪਿਕ ਬਣੇ। ਜੇ ਵਧੀਆ ਬਣਿਆ ਤਾਂ ਦੱਸਿਓ, ਜੇ ਨਹੀਂ ਬਣਿਆ ਕੋਈ ਚੱਕਰ ਨਹੀਂ, ਸਬਸਕ੍ਰਾਈਬ ਨਾ ਕਰਿਓ ਕੋਈ ਚੱਕਰ ਨਹੀਂ। ਅਤੇ ਬਾਕੀ ਦੇਖਦੇ ਹਾਂ ਆਪਾਂ, ਅੱਜ ਮੇਰੀ ਸਲਾਹ ਵਾ ਵੀ ਥੋੜ੍ਹਾ ਜਿਹਾ ਟੌਪਿਕ ਬਣਾ ਦਈਏ ਵੀ ਜੀਪ ਧੋਣ ਦਾ। ਬਾਬੇ ਉਹ ਬਣਾਉਣ ਨੂੰ ਮੈਂ ਕੱਲ੍ਹ ਵੀ ਸੋਚਦਾ ਸੀਗਾ, ਇਹਦੀ ਨਾ ਕਈ ਦਿਨ ਹੋ ਗਏ ਖੜੀ ਆ, ਆ ਵੀ ਖੜਾ, ਨਾਲ ਇਹਦੇ ਦੋਨੇ ਬੈਟਰੀਆਂ ਡਾਊਨ ਹੋ ਗਈਆਂ, ਇਹਨੇ ਤਾਂ ਸਟਾਰਟ ਨਹੀਂ ਹੋਇਆ ਇਹ। ਕੱਲ੍ਹ ਮੈਂ ਇੱਕ ਚੀਜ਼ ਹੋਰ ਮੰਗਵਾਈ ਸੀ ਤੁਹਾਨੂੰ ਦਿਖਾਉਣਾ, ਉਹ ਬਈ ਤੁਹਾਨੂੰ ਵੀ ਮੰਗਵਾਉਣੀ ਚਾਹੀਦੀ ਆ ਜਿਹਨਾਂ ਕੋਲ ਜੀਪਾਂ ਨੇ, ਜ਼ਰੂਰੀ ਆ ਇਹ, ਮੰਗਵਾ ਲਿਓ, ਬਹੁਤ ਵਧੀਆ ਚੀਜ਼ ਆ। ਐਮਾਜ਼ੋਨ 'ਤੇ ਮੈਂ ਲਿੰਕ ਦੇ ਦੂੰਗਾ ਥੱਲੇ, ਮੰਗਵਾ ਕੇ ਦੇਖ ਲਿਓ, ਵਧੀਆ ਚੀਜ਼ ਹੁੰਦੀ ਆ। ਇੱਧਰੋਂ ਪਲੱਗ ਲਾ ਲਿਆ ਗੱਡੀ ਵਾਲੇ ਪਾਸੇ, ਅਤੇ ਗੱਡੀ ਵਾਲੇ ਪਾਸੇ ਜਿਹੜੀ ਬੈਟਰੀ ਹੁੰਦੀ ਆ ਚਾਰਜ ਵਾਲੇ ਪਾਸੇ ਲਾ ਲੈਣਾ, ਬਾਕੀ ਜਿਹੜੀ ਡੈੱਡ ਆ ਡੈੱਡ ਵਾਲੇ ਪਾਸੇ ਲਾ ਲੈਣਾ, ਅਤੇ ਉਦੋਂ ਬਾਅਦ ਸਟਾਰਟ ਹੋ ਜਾਂਦੀ ਹੈ। ਇਹਨੂੰ ਕਰ ਲਿਆ ਸੀਗਾ ਸਟਾਰਟ, ਇਹ ਨਹੀਂ ਹੋਇਆ, ਇਹਨੂੰ ਦੇਖ ਲਾਂਗੇ ਕਿਸੇ ਇਲੈਕਟ੍ਰੀਸ਼ੀਅਨ ਤੋਂ ਕਰਾ ਲਾਂਗੇ, ਕਿਸੇ ਕੋਈ ਚੱਕਰ ਨਹੀਂ ਉਹ ਤਾਂ ਕਰਾ ਲਾਂਗੇ। ਬਾਕੀ ਆਹ ਦਿਖਾ ਦੇ, ਆਹ ਵੀ ਖੜੀ ਆ, ਇਹ ਤਾਂ ਕੋਈ ਚੱਕਰ ਨਹੀਂ, ਇਹਨੂੰ ਹਜੇ ਜੀ ਜਿਹਾ ਨਹੀਂ ਕਰਦਾ, ਇਹਨੂੰ ਧੋਵਾਂਗੇ ਅੱਜ। ਆਪਾਂ ਟਾਇਰ ਨੂੰ ਸਾਈਡ ਕਰ ਦਈਏ, ਬੱਜੇ ਬਾਬੇ ਉਹ ਕੱਢਦੇ ਹਨ, ਬਾਬੇ ਉਹਨੂੰ ਧੋਵਨੇ ਆ, ਥੋੜਾ ਬਹੁਤਾ ਧੋਵਾਂਗੇ, ਊਂ ਤਾਂ ਮੈਂ ਧੋਣ ਵਾਲਿਆਂ ਚੋਂ ਹੈ ਨੀ ਗਾ, ਮਾੜਾ ਮੋਟਾ ਧੋ ਲੈਂਦੇ ਹਾਂ, ਉਹ ਵੀ ਬਲੌਕ ਕਰਕੇ ਧੋ ਰਿਹਾ। ਮੈਂ ਨਹੀਂ ਧੋਂਦਾ ਹੁੰਦਾ ਗੱਡੀਆਂ ਗੁੱਡੀਆਂ ਨੂੰ, ਮੈਨੂੰ ਨਹੀਂ ਆਦਤ ਉੱਤ ਹੈਗੀ ਵਾਲੀ, ਮੈਂ ਚਲਾਉਂਦਾ ਵੀ ਨਹੀਂ, ਕੱਟੇ ਚਲਾਉਣਾ ਬਾਬੇ। ਬਾਕੀ ਦੇਖਦੇ ਹਾਂ ਆਪਾਂ, ਧੋ ਕੇ ਦੇਖਦੇ ਹਾਂ, ਤੁਹਾਡੇ ਕਰਕੇ ਧੋਣ ਲੱਗਿਆ। ਬਾਬੇ ਉਹ ਆਪਾਂ ਧੋਣ ਲੱਗੇ ਹਾਂ, ਹੁਣ ਦੇਖੀ ਜਾਇਓ ਮਾੜਾ ਮੋਟਾ ਜਿੰਨਾ ਕੁ ਹੋਇਆ, ਮਾੜਾ ਮੋਟਾ ਧੋ ਦਿੰਦੇ ਹਾਂ, ਗੰਦ ਵੀ ਬਾਹਲਾ ਪੈ ਗਿਆ ਸੀਗਾ। ਟੌਪਿਕ ਬਣਾਇਆ ਬਾਬੇ ਉਹ ਆਪਾਂ ਵੀ ਚੱਲ ਮਾੜਾ ਮੋਟਾ ਬਲੌਗ ਲੰਬਾ ਹੋ ਜੂ ਧੋਣ ਨਾਲ, ਹੋਰ ਤਾਂ ਕੋਈ ਚੱਕਰ ਨਹੀਂ। ਸਾਰੇ ਐਂ ਕਰਦੇ ਆ, ਮੈਂ ਦੱਸ ਕੇ ਕਰਦਾ, ਬਾਕੀ ਦੱਸ ਕੇ ਨਹੀਂ ਕਰਦੇ, ਇੰਨਾ ਕੁ ਫਰਕ ਆ, ਹੋਰ ਕੋਈ ਚੱਕਰ ਨਹੀਂ। ਬਾਕੀ ਮਾੜੀ ਮੋਟੀ ਵੀਡੀਓ ਕੱਢ ਲਾਂਗੇ, ਜੇ ਜੀ ਕਰਿਆ ਤੁਹਾਨੂੰ ਕੱਢ ਲਾਂਗੇ, ਨਹੀਂ ਕੋਈ ਚੱਕਰ ਨਹੀਂ। ਮਾੜਾ ਮੋਟਾ ਪਾਣੀ ਅੰਦਰ ਵੀ ਚਲੇ ਜਾਂਦਾ ਇਹਦੇ, ਮਾੜੀ ਮੋਟੀ ਜੀ ਧੋਣੀ ਆ ਬਾਬੇ ਆਪਾਂ ਬਾਹਲੀ ਨਹੀਂ, ਥੋੜ੍ਹੀ ਬਹੁਤੀ। ਬਾਕੀ ਬਾਬੇ ਆਹ ਇੰਸਟਾਗ੍ਰਾਮ ਆ ਮੇਰਾ, ਫੋਲੋ ਕਰ ਲਿਓ ਠੀਕ ਆ। ਅਤੇ ਬਾਕੀ ਦੇਖਦੇ ਹਾਂ ਥੋੜ੍ਹੀ ਬਹੁਤੀ, ਬਾਕੀ ਮੈਂ ਸਾਰੀ ਧੋ ਕੇ ਮਿਲਦਾ ਤੁਹਾਨੂੰ। ਇੰਨੀ ਧੋ ਲਈ ਬਾਬੇ ਉਹ ਆਪਾਂ ਟੌਪਿਕ ਬਣਾ ਲਿਆ ਹੋ ਜੂ, ਹੋਰ ਕੋਈ ਚੱਕਰ ਨਹੀਂ, ਥੋੜ੍ਹੀ ਬਹੁਤੀ ਧੋ ਲਈ। ਬਾਕੀ ਧਵਾ ਲੈਂਦੇ ਹੁੰਦੇ ਆਪਾਂ, ਘਰੇ ਘੱਟੇ ਧੋਨੇ ਆ ਕਿਉਂਕਿ ਔਖਾ ਹੁੰਦਾ ਘਰੇ ਧੋਣਾ, ਕਿਉਂਕਿ ਬਾਬੇ ਉਹ ਅਸੀਂ ਬਹੁਤ ਘੱਟ ਨਿਕਲਦੇ ਹਾਂ ਘਰੇ, ਘਰੋਂ ਬਾਹਰ ਆਦਤ ਜੀ ਨਹੀਂ ਗੀ, ਬਿਨਾਂ ਮਤਲਬ ਗੇੜੀਆਂ ਲਾਉਣ ਦੀ ਮੈਨੂੰ ਮਸ਼ੀਨਰੀ ਖੜਾਉਣ ਦੀ ਆਦਤ ਆ, ਚਲਾਉਣ ਦੀ ਬਹੁਤ ਘੱਟ ਆਦਤ ਆ ਮੈਨੂੰ। ਇਹ ਮੇਰੇ ਜਿਹੜੇ ਜਾਣਦੇ ਆ ਸਰਕਲ ਨੂੰ ਸਭ ਨੂੰ ਪਤਾ। ਬਾਕੀ ਆਪਣੇ ਕੋਲ ਟੌਪਿਕ ਇਹੀ ਸੀਗਾ, ਮਾੜਾ ਮੋਟਾ ਜਿੰਮ ਲਾ ਲਾਂਗੇ ਥੋੜ੍ਹੀ ਬਹੁਤੀ, ਮੈਂ ਜਿੰਮ ਵੀ ਬਹੁਤ ਘੱਟ ਲਾਉਣਾ ਵੈਸੇ, ਕਦੇ ਕਦੇ ਲਾ ਲੈਂਦਾ, ਅੱਜ ਤੁਹਾਡੇ ਕਰਕੇ ਉਹ ਵੀ ਟੌਪਿਕ ਬਣਾ ਲਾਂਗੇ ਆਪਾਂ, ਕੋਈ ਚੱਕਰ ਨਹੀਂ, ਉਹ ਵੀ ਟੌਪਿਕ 'ਚ ਲੈ ਲੈਣਾ ਆਪਾਂ। ਬਾਕੀ ਹੋਰ ਕਰਨ ਨੂੰ ਤਾਂ ਕੁਛ ਹੈ ਨਹੀਂਗਾ,
ਕੀ ਕਰੀਏ ਬਾਬੇ ਉਹ ਜਾਂ ਤਾਂ ਹੋਵੇ ਗੇੜੀ ਗੁੜੀ ਕਿਤੇ ਲਾਈ ਜਾਂਦੇ ਹੁੰਦੇ ਹਾਂ ਗੇੜੀ ਵੀ ਅਸੀਂ ਬਹੁਤ ਘੱਟ ਲਾਉਂਦੇ ਹਾਂ ਕਿਉਂਕਿ ਜੀਜੇ ਹੀ ਨਹੀਂ ਕਰਦਾ ਘਰੋਂ ਬਾਹਰ ਨਿਕਲਣ ਦਾ ਲੋਕਡਾਊਨ 'ਚ ਇੱਕ ਆਦਤ ਜੀ ਪੈ ਗਈ ਥੋੜ੍ਹੀ ਬਹੁਤੀ ਬਈ ਘਰ ਰਹਿਣ ਦੀ ਊਂ ਵੀ ਘਰ ਹੀ ਰਹਿੰਦੇ ਹਾਂ ਸ਼ੁਰੂ ਤੋਂ ਹੀ ਸਾਨੂੰ ਬਾਹਲਾ ਫਿਰਨ ਫੁਰਨ ਦਾ ਚਸਕਾ ਹੈ ਨਹੀਂ ਗਾ ਬੋਲਟ ਜਮਾਂ ਹੀ ਨਹੀਂ ਕੱਢਦੇ ਉਹ ਵੀ ਖੜ੍ਹਾ ਰਹਿੰਦਾ ਉਹਨੂੰ ਵੀ ਕਿਸੇ ਦੇ ਉਹਦਾ ਵੀ ਕਰਾਉਣ ਵਾਲਾ ਕੰਮ ਜਿਹਾ ਉਹ ਵੀ ਕਰਾਵਾਂਗੇ ਥੋੜ੍ਹਾ ਜਿਹਾ ਇਹਦਾ ਇਹ ਐਵੇਂ ਖੜ੍ਹਾ ਅਤੇ ਬਾਕੀ ਆਹ ਟਰੈਕਟਰ ਤਾਂ ਤੁਹਾਨੂੰ ਦੱਸੇ ਦਿੱਤਾ ਅਤੇ ਹੋਰ ਤਾਂ ਕੁਛ ਹੈ ਨਹੀਂ ਗਾ ਖਾਸ ਅਤੇ ਬਾਕੀ ਇੱਕ ਗੱਡੀ ਲਈ ਹੋਈ ਆ ਕੰਮ ਸੀਗਾ ਅਤੇ ਡੈਡੀ ਨੂੰ ਉੱਥੇ ਲੈ ਕੇ ਗਏ ਹੋਏ ਆ ਅਤੇ ਕੋਈ ਨਹੀਂ ਕੱਪੜਾ ਫੇਰਾਂਗੇ ਠਹਿਰ ਕੇ ਥੋੜ੍ਹਾ ਜਿਹਾ ਫੇਰ ਦਾਂਗੇ ਕੋਈ ਚੱਕਰ ਨਹੀਂ ਮੈਂ ਕਰਦਾ ਹੁੰਦਾ ਠਹਿਰ ਕੇ ਫੇਰ ਦਿੰਦਾ ਕਿਉਂਕਿ ਇਹਦੇ ਵਿੱਚ ਬਾਬੇ ਉੱਥੇ ਪਾਣੀ ਖੜ ਜਾਂਦਾ ਨਹੀਂ ਜਿੰਨਾ ਨਹੀਂ ਖੜਿਆ ਅਤੇ ਆਹ ਦੇਖੋ ਪਾਣੀ ਥੋੜ੍ਹਾ ਜਿਹਾ ਖੜ ਜਾਂਦਾ ਇਹਦੇ 'ਚ ਨਾ ਫਿਰ ਟਾਈਮ ਲੱਗਦਾ ਕੱਪੜਾ ਫਿਰ ਕੱਪੜਾ ਦੂਜਾ ਲੈਣਾ ਪੈਂਦਾ ਨਿਚੋੜ ਨਿਚੋੜ ਕੇ ਪਾਣੀ ਕੱਢਣਾ ਪੈਂਦਾ ਥੋੜ੍ਹਾ ਜਿਹਾ ਫਿਰ ਉਹ ਕਰ ਲਾਂਗੇ ਆਪਾਂ ਬਾਕੀ ਹੋਰ ਥੋੜ੍ਹੀ ਬਹੁਤੀ ਜਿੰਮ ਅੱਜ ਲਾ ਕੇ ਦਿਖਾ ਦਿੰਦੇ ਤੁਹਾਨੂੰ ਮਾੜੀ ਮੋਟੀ ਮੈਂ ਬਹੁਤ ਘੱਟ ਲਾਉਣਾ ਵੈਸੇ ਮੇਰੇ ਢਿੱਡ ਤੋਂ ਹੀ ਦਿਖਦਾ ਹੋਣਾ ਮੈਂ ਬਹੁਤ ਘੱਟ ਲਾਉਣਾ ਬਾਬੇ ਉਹ ਜਿੰਮ ਦਿਖਾ ਲਾਂਗੇ ਥੋੜ੍ਹੀ ਬਹੁਤੀ ਉਹ ਵੀ ਟੋਪਿਕ ਜਿਹਾ ਬਣਾ ਲਾਂਗੇ ਆਪਾਂ ਬਾਕੀ ਦੇਖਦੇ ਹਾਂ ਆਪਣੀ ਘਰ ਦੀ ਜਿੰਮ ਬਣਾਈ ਹੋਈ ਆਪਾਂ ਨਹੀਂ ਉਹ ਥੋੜ੍ਹੀ ਬਹੁਤੀ ਲਾ ਲਾਂਗੇ ਹੋਰ ਤਾਂ ਕੀ ਆ ਥੋੜ੍ਹਾ ਬਹੁਤਾ ਮੈਂ ਟ੍ਰੈਡਮਿਲ ਥੋੜ੍ਹਾ ਜਿਹਾ ਯੂਜ ਕਰਦਾ ਹੁੰਦਾ ਉਹ ਵੀ ਕਦੇ ਕਦੇ ਢਿੱਡ ਤੋਂ ਦਿਖਦਾ ਹੀ ਹੋਣਾ ਪਹਿਲਾਂ ਵੀ ਦੱਸਿਆ ਸੀ ਵੀ ਢਿੱਡ ਤੋਂ ਦਿਖਦਾ ਵੀ ਹੁਣ ਬਾਬੇ ਉਹ ਮੈਂ ਥੋੜ੍ਹਾ ਜਿਹਾ ਕੋਸ਼ਿਸ਼ ਕਰ ਰਿਹਾ ਵੀ ਮੈਂ ਰੋਜ਼ ਡੇਲੀ ਜਿੰਮ ਲਾਇਆ ਕਰਾਂ ਬਾਕੀ ਆਪਾਂ ਦੇਖਦੇ ਹਾਂ ਡੇਲੀ ਜੇ ਲੱਗੂਗੀ ਤਾਂ ਵੀ ਠੀਕ ਆ ਜੇ ਨਹੀਂ ਲੱਗੂਗੀ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਬਾਕੀ ਆਪਾਂ ਇਹਦੇ 'ਤੇ ਥੋੜ੍ਹਾ ਜਿਹਾ ਚਲਾ ਲਈਦਾ ਵਾ ਅਤੇ ਮਾੜੀ ਮੋਟੀ ਜਿੰਮ ਕਰ ਲਈਦੀ ਆ ਜਿੰਨੀ ਕੁ ਹੁੰਦੀ ਆ ਹੁਣ ਸ਼ੋਰਟਾਂ ਕਰਕੇ ਲੈ ਲਾਂਗੇ ਬਾਕੀ ਕੀ ਪਤਾ ਮੈਂ ਘੱਟੇ ਜਿੰਮ ਲਾਵਾਂ ਕੋਈ ਐਂ ਪੱਕਾ ਜਿਹਾ ਨਹੀਂ ਹੈਗਾ ਵੀ ਘੱਟ ਲਾਵਾਂ ਵੱਧ ਲਾਵਾਂ ਜਿਵੇਂ ਮਰਜ਼ੀ ਜਿਵੇਂ ਜੀ ਕਰਿਆ ਉਵੇਂ ਕਰਾਂਗੇ ਬਾਕੀ ਆਹ ਮੁੱਕਿਆਂ ਵਾਲਾ ਜੁਗਾੜ ਵੀ ਲਾਇਆ ਹੋਇਆ ਆਪਣਾ ਇਹਦਾ ਮੁੱਕਿਆਂ ਵਾਲਾ ਜਿਹੜਾ ਜੁਗਾੜ ਹੁੰਦਾ ਉੱਪਰ ਲੱਗਦਾ ਹੁੰਦਾ ਜਾਂ ਇੱਕ ਤਾਂ ਟੰਗਣ ਵਾਲਾ ਹੁੰਦਾ ਇੱਕ ਸਰੀਏ ਵਾਲਾ ਹੁੰਦਾ ਇਹ ਆਪਾਂ ਲਵਾਇਆ ਮੁੱਕੇ ਮਾਰ ਦਿੰਦੇ ਹਾਂ ਅਤੇ ਬਾਕੀ ਤੁਹਾਨੂੰ ਪਤਾ ਹੀ ਆ ਤਾਂ ਸਾਰੇ ਅਤੇ ਉਹ ਵੀ ਪਤਾ ਹੀ ਆ ਵੈਸੇ ਮੈਂ ਵੈਸੇ ਹੀ ਦੱਸਤਾ ਕੋਈ ਇਹ ਵੱਡੀ ਗੱਲ ਨਹੀਂ ਹੈਗੀ ਅਤੇ ਬਾਕੀ ਲਾਉਂਦੇ ਹਾਂ ਆਪਾਂ ਥੋੜ੍ਹੀ ਬਹੁਤੀ ਬਾਕੀ ਮੇਰੀ ਆਹ ਲਾਈਫ ਆ ਬਾਬੇ ਉਹ ਮਾੜੀ ਮੋਟੀ ਰਾਜੇ ਤਾਂ ਆਪਾਂ ਹੈ ਨਹੀਂ ਚੱਲ ਥੋੜ੍ਹੀ ਬਹੁਤੀ ਸਿੰਪਲ ਜੀ ਲਾਈਫ ਆ ਆਪਣੀ ਅਤੇ ਬਾਕੀ ਦੇਖਦੇ ਹਾਂ ਥੋੜ੍ਹੇ ਬਹੁਤੇ ਲਾ ਕੇ ਤੁਹਾਨੂੰ ਹੋਰ ਮਿਲਾਂਗੇ ਫੇਰ ਕਿਤੇ ਜੇ ਚੰਗਾ ਲੱਗਿਆ ਵਲੌਗ ਸਬਸਕ੍ਰਾਈਬ ਕਰ ਦਿਓ ਨਹੀਂ ਲੱਗਿਆ ਕੋਈ ਚੱਕਰ ਨਹੀਂ ਨਾ ਕਰਿਓ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਬਾਕੀ ਹੋਰ ਕੁਛ ਦੱਸਣਾ ਹੋਇਆ ਜ਼ਰੂਰ ਦੱਸਿਓ ਕੁਛ ਕਮੈਂਟਾਂ 'ਚ ਵਧੀਆ ਲੱਗਿਆ ਨਹੀਂ ਲੱਗਿਆ ਠੀਕ ਆ ਬਾਬੇ